2020 ਦੇ ਵਿੱਚ ਕੇਂਦਰ ਦੀ ਸਰਕਾਰ ਨੇ ਇੱਕ ਨਵੀਂ ਸਿੱਖਿਆ ਨੀਤੀ ਲਿਆਂਦੀ ਸੀ। 2023 ਤੱਕ ਆਉਂਦਿਆਂ ਆਉਂਦਿਆਂ ਕਾਫੀ ਸੋਧਾਂ ਹੋਈਆਂ ਤੇ ਹੁਣ ਉਹਨੂੰ ਹੌਲੀ ਹੌਲੀ ਇਹ ਲਾਗੂ ਕਰ ਰਹੇ ਨੇ। ਸੋ ਅਸੀਂ ਇਹ ਸਿੱਖਿਆ ਨੀਤੀ ਦਾ ਵਿਰੋਧ ਕਿਉਂ ਕਰ ਰਹੇ ਹਾਂ ਜਾਂ ਸਾਨੂੰ ਕਿਉਂ ਕਰਨਾ ਚਾਹੀਦਾ, ਖਾਸ ਤੌਰ ਤੇ ਪੰਜਾਬੀਆਂ ਨੂੰ, ਕਿਉਂਕਿ ਇਸ ਪੱਖੋਂ ਅਸੀਂ ਕਾਫੀ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਹਾਂ। ਅਸੀਂ ਸਾਊਥ ਦੱਖਣ 'ਚ ਜਾ ਕੇ ਆਏ ਹਾਂ, ਅਸੀਂ ਬੰਗਾਲ ਵੀ ਜਾ ਕੇ ਆਏ ਹਾਂ। ਅਸੀਂ ਦੇਖਿਆ ਵੀ ਉਹ ਲੋਕ ਆਪਣੀ ਬੋਲੀ ਨੂੰ, ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਲੈ ਕੇ ਕਿੰਨੇ ਸਮਰਪਿਤ ਨੇ। ਉਹਨਾਂ ਦਾ ਇੱਕ ਚੌਂਕੀਦਾਰ ਤੋਂ ਲੈ ਕੇ, ਮਜ਼ਦੂਰ ਤੋਂ ਲੈ ਕੇ, ਡਾਕਟਰ, ਇੰਜੀਨੀਅਰ, IPS, IAS, ਹਰ ਤਰ੍ਹਾਂ ਦਾ ਇਨਸਾਨ, ਉਹਨਾਂ ਦੇ ਲੀਡਰ, ਉਹਨਾਂ ਦੇ ਮੁੱਖ ਮੰਤਰੀ, ਮੰਤਰੀ, MLA, MP ਆਪਣੀ ਬੋਲੀ ਨੂੰ ਲੈ ਕੇ ਬਹੁਤ ਜ਼ਿਆਦਾ ਸਮਰਪਿਤ ਨੇ, ਪਰ ਪੰਜਾਬੀ ਇਸ ਪੱਖੋਂ ਅਸੀਂ ਬਹੁਤ ਪਛੜੇ ਹੋਏ ਹਾਂ। ਹੁਣ ਸਿੱਖਿਆ ਨੀਤੀ ਦੀ ਗੱਲ ਕਰਦੇ ਹਾਂ, ਸਿੱਖਿਆ ਨੀਤੀ ਦਾ ਵਿਰੋਧ ਕਿਉਂ ਕਰਨਾ ਬਣਦਾ ਜਾਂ ਸਿੱਖਿਆ ਨੀਤੀ ਮਾੜੀ ਕਿਉਂ ਆ? ਸਿੱਧੇ ਰੂਪ ਜੇ ਮੈਂ ਕਹਾਂ, ਸਿੱਖਿਆ ਨੀਤੀ ਇਸ ਤਰ੍ਹਾਂ ਦੀ ਨੀਤੀ ਹੈ ਜਿਵੇਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਮੋਦੀ ਸਾਹਿਬ ਕਹਿੰਦੇ ਆ ਜੀ, ਇੱਕ ਦੇਸ਼ ਇੱਕ ਬੋਲੀ ਇੱਕ ਚੋਣ ਦਾ ਏਜੰਡਾ ਹੈ। ਹੁਣ ਇਹਨਾਂ ਨੇ ਇਹ ਕਹਿਤਾ ਵੀ ਇੱਕ ਦੇਸ਼ ਦੇ ਵਿੱਚ ਇੱਕੋ ਹੀ ਸਿਲੇਬਸ ਆ ਜਿਹੜਾ ਪੜ੍ਹਾਇਆ ਜਾਇਆ ਕਰੂਗਾ, ਚਾਹੇ ਉਹ ਦੱਖਣ ਹੋਵੇ, ਚਾਹੇ ਪੂਰਬ ਹੋਵੇ, ਚਾਹੇ ਪੱਛਮ ਹੋਵੇ, ਚਾਹੇ ਉੱਤਰ ਹੋਵੇ। ਅਤੇ ਜਿਹੜੀ ਸਿੱਖਿਆ ਦੀ ਨੀਤੀ ਸੀ ਪਹਿਲਾਂ ਇਹ ਰਾਜਾਂ ਦੇ ਅਧਿਕਾਰ ਖੇਤਰ 'ਚ ਆਉਂਦੀ ਸੀ, ਪਰ ਇੰਦਰਾ ਗਾਂਧੀ ਨੇ ਇਹ ਸਾਂਝੀ ਸੂਚੀ 'ਚ ਲਿਆਂਦੀ। ਉਸ ਤੋਂ ਬਾਅਦ ਇਹਨਾਂ ਨੇ ਬਿਲਕੁਲ ਰਾਜਾਂ ਕੋਲੋਂ ਖੋਹ ਕੇ 2020 ਦੇ ਵਿੱਚ ਇਹ ਕੇਂਦਰ ਆਪਦੇ ਹਿੱਸੇ 'ਚ ਲੈ ਗਿਆ। ਸਿੱਖਿਆ ਨੀਤੀ ਵੀ ਐਜੂਕੇਸ਼ਨ ਦੇ ਉੱਤੇ ਜਿਹੜੀਆਂ ਪਾਲਿਸੀਆਂ ਨੀਤੀਆਂ ਬਣਨਗੀਆਂ ਉਹ ਕੇਂਦਰ ਤੈਅ ਕਰੂਗਾ। ਹੁਣ ਇਹ ਸਵਾਲ ਖੜਾ ਹੁੰਦਾ ਵੀ ਇਹਦੇ ਉੱਤੇ ਸਾਡੇ 'ਤੇ ਹਮਲਾ ਕਿਵੇਂ ਆ, ਸਾਨੂੰ ਤਕਲੀਫ ਕੀ ਆ? ਇਹ ਦੇਸ਼ ਆ ਜਿਹੜਾ ਇਹ ਵੱਖ ਵੱਖ ਬੋਲੀਆਂ, ਵੱਖ ਵੱਖ ਕੌਮਾਂ, ਧਰਮਾਂ, ਮਜ਼ਹਬਾਂ ਦੇ ਲੋਕਾਂ ਦਾ ਦੇਸ਼ ਹੈ। 47 ਤੋਂ ਬਾਅਦ ਵੱਖ ਵੱਖ ਜਿਹੜੀਆਂ ਰਿਆਸਤਾਂ ਸੀਗੀਆਂ ਉਹਨਾਂ ਰਿਆਸਤਾਂ ਨੂੰ ਇਕੱਠਾ ਕੀਤਾ ਗਿਆ, ਯੂਨੀਅਨ ਆਫ ਸਟੇਟ ਨੂੰ ਅੱਜ ਵੀ ਆਪਾਂ ਰਾਜਾਂ ਦਾ ਸਮੂਹ ਸੰਵਿਧਾਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੱਖ ਵੱਖ ਰਾਜਾਂ ਦਾ ਇੱਕ ਸਮੂਹ ਹੈ, ਵੱਖ ਵੱਖ ਰਾਜਾਂ ਦੀ ਆਪਣੀ ਬੋਲੀ, ਆਪਣੀ ਸੱਭਿਅਤਾ, ਆਪਣਾ ਪਹਿਰਾਵਾ, ਆਪਣੇ ਰੀਤੀ ਰਿਵਾਜ ਨੇ, ਆਪਣੀ ਉਹਨਾਂ ਦੀ ਇੱਕ ਪਹਿਚਾਣ, ਉਹਨਾਂ ਦੀ ਆਪਣੀ ਇੱਕ ਹੋਂਦ ਆ। ਸਿੱਧੇ ਰੂਪ ਜੇ ਮੈਂ ਕਹਾਂ ਵੀ ਇਹ ਸਾਰਿਆਂ ਦੀ ਪਛਾਣ ਦੇ ਉੱਤੇ, ਉਹਨਾਂ ਦੀ ਹੋਂਦ ਦੇ ਉੱਤੇ ਬਹੁਤ ਵੱਡਾ ਹਮਲਾ ਹੈ। ਹੁਣ ਇੱਥੇ ਕੇਂਦਰ ਤੈਅ ਕਰੂਗਾ ਕਿ ਪੰਜਾਬ ਦੇ ਵਿੱਚ ਕਿਹੜਾ ਇਤਿਹਾਸ ਪੜ੍ਹਾਇਆ ਜਾਣਾ ਜਾਂ ਦੂਜੇ ਸੂਬਿਆਂ 'ਚ ਕਿਹੜਾ ਇਤਿਹਾਸ ਪੜ੍ਹਾਇਆ ਜਾਣਾ, ਕਿਹੜੇ ਇਤਿਹਾਸ ਦੇ ਅੰਦਰ ਉਹਨਾਂ ਨੇ ਹੀਰੋ ਬਣਾਉਣੇ ਆ, ਕਿਹੜਿਆਂ ਨੂੰ ਖਲਨਾਇਕ ਬਣਾਉਣਾ, ਕਿਹੜਿਆਂ ਨੂੰ ਨਾਇਕ ਬਣਾਉਣਾ, ਇਹ ਸਾਰਾ ਸਿਲੇਬਸ ਇਤਿਹਾਸ ਦੇ ਅੰਦਰ ਉਹ ਤੈਅ ਕਰਨਗੇ, ਉਹ ਪਾਇਆ ਕਰਨਗੇ। ਇੱਥੇ 70 ਤੋਂ 75% ਤੈਅ ਕੇਂਦਰ ਕਰੂਗਾ, ਬਾਕੀ ਜਿਹੜਾ 20 ਤੋਂ 25% ਆ ਉਹ ਯੂਨੀਵਰਸਿਟੀਆਂ ਆਪਦੇ ਤੌਰ 'ਤੇ ਆਪਣਾ ਕੋਈ ਵੀ ਇਤਿਹਾਸ, ਕੋਈ ਲਿਟਰੇਚਰ ਉਹ ਪਾ ਸਕਦੇ ਆ। ਹੁਣ ਇਸ ਲਈ ਇਹ ਬਹੁਤ ਖਤਰਨਾਕ ਗੱਲ ਆ ਕਿ ਸਾਡਾ ਇੱਕ ਆਪਣਾ ਇਤਿਹਾਸ ਆ, ਸਾਡੇ ਇਤਿਹਾਸ ਦੇ ਬਹੁਤ ਵੱਡੇ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਇੱਥੇ ਮੱਲਾਂ ਮਾਰੀਆਂ ਨੇ, ਜੰਗਾਂ ਯੁੱਧਾਂ ਦੇ ਵਿੱਚ ਬਹੁਤ ਖੂਨ ਡੋਲਿਆ, ਇਕੱਲਿਆਂ ਇਕੱਲਿਆਂ ਨੇ ਇੱਥੇ ਜ਼ਾਲਮ ਹਕੂਮਤਾਂ ਨੂੰ ਵਕਤ ਪਾਏ ਨੇ। ਜੇ ਅੱਜ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ, ਉਹਨਾਂ ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਉਦੋਂ ਪ੍ਰੇਰਨਾ ਲੈ ਕੇ ਅਸੀਂ ਅੱਗੇ ਵੱਧਦੇ ਹਾਂ, ਕਿਉਂਕਿ ਜਿਹੜਾ ਵਰਤਮਾਨ ਹੈ, ਵਰਤਮਾਨ ਹਮੇਸ਼ਾ ਇਤਿਹਾਸ ਤੋਂ ਸਿੱਖ ਕੇ ਸੇਧ ਲੈ ਕੇ ਹੀ ਭਵਿੱਖ ਵੱਲ ਵੱਧਦਾ ਹੁੰਦਾ। ਇਸ ਲਈ ਇਹ ਸਾਡਾ ਸਾਰਾ ਇਤਿਹਾਸ ਮਲੀਆ ਮੇਟ ਕਰ ਦੇਣਾ ਚਾਹੁੰਦੇ ਆ, ਆਪਣੇ ਤਰੀਕੇ ਨਾਲ ਇਤਿਹਾਸ ਪੜ੍ਹਾਉਣਗੇ। ਜਿਨ੍ਹਾਂ ਨੇ ਇੱਥੇ ਕਦੇ ਅੰਗਰੇਜ਼ਾਂ ਦੀ ਚਾਹੇ ਹਕੂਮਤ ਰਹੀ ਹੋਵੇ, ਚਾਹੇ ਇੱਥੇ ਮੁਗਲਾਂ ਦੀ ਹਕੂਮਤ ਰਹੀ ਹੋਵੇ, ਕਿਸੇ ਤੋਂ ਮਾਫੀਆਂ ਨਹੀਂ ਮੰਗੀਆਂ, ਕਿਸੇ ਦੇ ਅੱਗੇ ਗੋਡੇ ਨਹੀਂ ਟੇਕੇ, ਚਾਹੇ ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟਣੀਆਂ ਪਈਆਂ, ਚਾਹੇ ਗੋਲੀਆਂ ਖਾਣੀਆਂ ਪਈਆਂ, ਚਾਹੇ ਫਾਂਸੀਆਂ 'ਤੇ ਚੜ੍ਹਨਾ ਪਿਆ, ਪਰ ਮਾਫੀਆਂ ਨਹੀਂ ਮੰਗੀਆਂ। ਉਹਨਾਂ ਨੂੰ ਇਹ ਕਿਵੇਂ ਇਹਨਾਂ ਨੇ ਜੀਰੋ ਬਣਾ ਕੇ ਪੇਸ਼ ਕਰਨਾ? ਅਤੇ ਜਿਹੜੇ ਸਾਵਰਕਰ ਵਰਗਿਆਂ ਨੇ ਇੱਥੇ ਅੰਗਰੇਜ਼ਾਂ ਤੋਂ ਮਾਫੀਆਂ ਮੰਗ ਮੰਗ ਕੇ, ਚਿੱਠੀਆਂ ਲਿਖ ਲਿਖ ਕੇ, ਪੈਰਾਂ 'ਤੇ ਡਿੱਗ ਡਿੱਗ ਕੇ ਬਾਹਰ ਆਏ ਸੀ ਵੀ ਸਾਨੂੰ ਮਾਫ਼ ਕਰ ਦਿਓ, ਅਸੀਂ ਤੁਹਾਡੇ ਖਿਲਾਫ਼ ਕੋਈ ਬਗਾਵਤ ਦੀ ਗੱਲ ਨਹੀਂ ਕਰਦੇ, ਉਹਨਾਂ ਨੂੰ ਇਹਨਾਂ ਨੇ
हीरो बना के पेश करना है, रोल मॉडल बना के साड़ी आने वाली पीढ़ियां दे पेश करना है। सब तो बड़ा हमला तो मैं समझदा कि साडे इतिहास के उत्ते सिक्ख्या नीति का होना है। साडे पंजाब दे अपने किस्से ने, अपनियां कहानियां ने, अपना गीत है, अपना संगीत है, अपनियां कवितावां ने, सो सारे कुछ नूं रलगड़ कर देना चाहुंदे आ, जिहदे लई असीं इहदा डट के पंजाब दे लोकां नूं सद्दा दिंदे आ कि सानूं विरोध करना चाहीदा है। बहुत कुछ है, मैं बहुतियां गल्लां विस्तार दे विच अज नहीं करूंगा क्योंकि असीं 8 तरीक नूं पंजाबी यूनिवर्सिटी पटियाला दे सन्नी बराए हाल दे विच एक सैमीनार रख्या। उस सैमीनार दे विच असीं डॉक्टर सिकंदर सिंह ने, जिहड़े प्रोफेसर ने, उन्हां नूं सरदार हमीर सिंह जी जिहड़े बुद्धिजीवी ने, डॉक्टर जोगा सिंह जी जिहड़े बोलियां दे माहर ने, इन्हां तिन्नां बुद्धिजीवियां नूं बुला के असीं इन्हां दा उत्थे भाषण रख्या। तो समुचे उत्थे असीं जिहड़े पोलिटिकल धिरां ने, श्रोमणी अकाली दल बादल, कांग्रेस, बीजेपी ते आम आदमी पार्टी ते होर भी जिहड़ियां इत्थे सियासी धिरां ने, उन्हां सारिआं नूं सद्दा असीं निजी तौर ते भेज चुके हां, उन्हां दे मेलां राहीं असीं भेज चुके हां, भाई आह मसला है, सिक्ख्या नीति दा मसला है, इहदे उत्ते तुहाडा की पक्ष है, तुसीं वी उत्थे आ के इन्हां विद्वान बंदिआं नूं सुणो ते अपना पक्ष है जिहड़ा ओह रखो, भी तुसीं इहदे उत्ते की स्टैंड रखदे हो, की अपना पक्ष रखदे हो, की इह नीति लागू होनी चाहीदी है जां नहीं लागू होनी चाहीदी। मैं तुहाडे नाल दखण दी गल कीती, मैं छोटी उदाहरण दे दिंदा, इक कर्नाटका दे विच जदों बीजेपी सरकार सी तां इह नीति उत्थे हौली हौली उन्हें लागू करती सी, पर सरकार बदलने के नाल जदों स्टालिन मुख्यमंत्री बनिया उत्थे तां उन्हें इह नीति लागू करन तों जवाब दित्ता। सो अज भी सूबे यह सिक्ख्या नीति लागू करन तों जवाब दे सकदे आ कि यह साडे सभ्याचार, साडी होंद, साडी विरासत ते हमला है। सो इहदे लई असीं पंजाब दे मुख्यमंत्री सरदार भगवंत सिंह मान नूं भी अपील करदे आ कि बड़ी खतरनाक नीति है, इहनूं पढ़ लो। इन्हां ने एक तरीके दे नाल, मैं कहूंगा भी जिवें आपां किसे नूं जहर देना है वह गुड़ च लपेट के दे दिओ, उस तरीके नाल जहर दित्ती जाणी है साडियां आउण वालियां नसलां दे पीढ़ियां नूं। ते अज साडा सोचण दा वेला, कुछ करन दा वेला, इहदा विरोध डट के करन दा वेला। इह ना होवे वी असीं इन बिन जिहड़ियां इह नीति नूं लागू कर दईए। हाँ, जिहड़ियां चंगीआं गल्लां उह च हैगीआं ने, जिहड़ियां उस नीति दीआं चंगीआं गल्लां ने उह अपना लईआं जाण, पर सारा इन बिन उहनूं लागू कर देणा जो चाहुंदे ने वह बड़ा खतरनाक होना। यह राज्यां दे अधिकारां दे उत्ते बहुत बड़ा डाका है, संघी जिहड़ा साडा ढांचा उहनूं तबाह करन दा है। साडा सारी सिक्ख्या दा किवें निजीकरण करना है, किवें व्यापारीकरण करके व्यापारियों के हाथ से सिक्ख्या देनी है, इहदा कहिंदे जी एक डीसी का, एक जज का बच्चा, एक चपड़ासी, एक मजदूर का बच्चा भी इको जिहा सिलेबस पढ़ूगा। यह कहण दीआं गल्लां बहुत सौखियां लगदियां, वधिया लगदियां ने कि देखो जी एक जज के बच्चे भी सिक्ख्या दी जा रही है, एक मजदूर के बच्चे भी, पर यह गल लुकमे रूप के एजेंडा दूजा लागू करना, यह होना नहीं। मैं अज ही इन्हां दे एक वकील की गलबात सुन रहा सीगा, उन्होंने सुप्रीम कोर्ट के एक पटीशन दायर की है कि यह सिक्ख्या नीति लागू की जाए। उन्हें गल कही, कहिंदा जी ये जातिवाद खत्म हो जूगा, वो कहण दीआं गल्लां ने, जातिवाद एक वक्री बीमारी है, खत्म करने की लोड़ असीं भी चाहुंदे आ खत्म होवे, जात पात ऊंच नीच खत्म होना चाहिए, भेदभाव खत्म होने चाहिए, सानू बराबरता की गल होनी चाहिए है। पर तुसीं देखो भी जिहड़े किसी एक CBSE का कोई बोर्ड का स्कूल होवे, पंजाब स्कूल सिक्ख्या बोर्ड का स्कूल होवे, उहदे विच 2000 कोई बच्चा पढ़ता है, वह वख-वख जातियां दे हुंदे ने, उत्थे जाति खत्म होगी नहीं होई। सो इसलिए इस मसले नूं लै के असीं इह तों अलावा 8 तरीक का साडा जिहड़ा सैमीनार है पटियाले, इहतों अलावा असीं अगे 20 दिसंबर नूं पंजाब पंजाबीयत बचाओ यात्रा पूरे पंजाब दे विच कर रहे हैं। साडी अपनी जथेबंदी है पंजाबी मां बोली सत्कार जथेबंदी, उहदे वल्लों साडी समुची टीम, असीं चाहे साल लगे, चाहे 2 साल लगन, चाहे 4 साल लगन, असीं पंजाब दे हर पिंड च जाणा। उह 13,500 पिंड है, साडा टीचा इही है वी असीं 20 दिसंबर तों शुरू करके ट्रैक्टरां दे उत्ते जाणा, असीं एक पिंड तों दूजे, दूजे तों तीजे, 8 तों 10 पिंड जावांगे, रोज लोकां नूं मिलांगे, विचारां दी सांझ पावांगे, रात नूं जिथे रात होगी उसे पिंड च ही रहांगे, ते रात नूं उत्थे कोई नुक्कड़ नाटकां राहीं लोकां नूं समझाउण दी कोशिश, जिहड़े साडे कोई कलाकार भरा उहनां नूं बुला के इह उत्थे दिखाया करांगे वी देखो साडे उत्ते किहड़े किहड़े हमले हो रहे ने, ते उहदा साडे जिहड़े मुख एजेंडे होणगे, जिवें
ਬੋਲੀ ਇਤਿਹਾਸ ਪ੍ਰਵਾਸ ਜਿਹੜਾ ਗੈਰ ਕੁਦਰਤੀ ਪ੍ਰਵਾਸ ਹੋ ਰਿਹਾ ਨਸ਼ੇ ਹੈ ਬੇਰੁਜ਼ਗਾਰੀ ਹੈ ਜਿਹੜੀ ਲੁੱਟ ਹੋ ਰਹੀ ਹੈ ਸਾਡੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਇਹ ਸਾਰੇ ਮੁੱਦਿਆਂ ਨੂੰ ਅਸੀਂ ਜਾ ਕੇ ਛੋਹਾਂਗੇ ਅਤੇ ਉਹਨਾਂ ਲੋਕਾਂ ਦੇ ਨਾਲ ਅਸੀਂ ਜਾ ਕੇ ਬੈਠ ਕੇ ਵਿਚਾਰਾਂ ਕਰਾਂਗੇ ਵੀ ਪੰਜਾਬ ਨੂੰ ਇਕੱਠੇ ਹੋ ਕੇ ਜੇ ਆਪਾਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਆਪਣੀ ਹੋਂਦ ਹਸਤੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਦੇ ਵੀ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਪੰਜਾਬੀਆਂ ਨੂੰ ਵੀ ਭਾਈ ਅਸੀਂ ਤੁਹਾਡਾ ਦਰਵਾਜ਼ਾ ਖੜਕਾਉਣਾ ਆ ਕੇ ਤੁਹਾਡੇ ਦਰਾਂ 'ਤੇ ਆਉਣਾ ਤੁਹਾਡੇ ਪਿੰਡਾਂ ਨਗਰਾਂ 'ਚ ਆਉਣਾ ਸਾਡੀ ਗੱਲਬਾਤ ਵੀ ਸੁਣਿਓ ਆਪਣੇ ਸਵਾਲ ਰੱਖਿਓ ਸਾਡੇ ਅਸੀਂ ਜਵਾਬ ਦੇਵਾਂਗੇ ਸਾਡੇ ਵੀ ਸਵਾਲ ਹੋਣਗੇ ਲੋਕਾਂ ਤੋਂ ਵੀ ਜਵਾਬ ਲਵਾਂਗੇ ਤਾਂ ਲੋਕਾਂ ਨਾਲ ਰਲ ਮਿਲ ਕੇ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ ਹੁਣ ਬਾਲਿਆਂ ਨੂੰ ਤਾਂ ਵਿਚਾਰਿਆਂ ਨੂੰ ਇਹੀ ਨਹੀਂ ਪਤਾ ਵੀ ਸਿੱਖਿਆ ਨੀਤੀ ਹੁੰਦੀ ਕੀ ਹੈ ਇਹਨੇ ਕਿਹਨੇ ਲਾਗੂ ਕਰਨਾ ਆਮ ਤੌਰ 'ਤੇ ਤਾਂ ਸਾਡੇ ਪੰਜਾਬੀਆਂ ਰੋਟੀ ਦੇ ਲਾਲੇ ਪਏ ਹੋਏ ਨੇ ਅਸੀਂ ਇਕੱਲੀ ਖੇਤੀ 'ਚ ਉਲਝੇ ਹੋਏ ਹਾਂ ਮਜ਼ਦੂਰਾਂ 'ਚ ਉਲਝੇ ਹੋਏ ਹਾਂ ਇੰਨੇ ਮਸਲੇ ਖੜ੍ਹੇ ਕਰ ਦਿੱਤੇ ਗਏ ਕਿ ਸਾਨੂੰ ਉੱਥੇ ਉਲਝਾ ਦਿੱਤਾ ਗਿਆ ਸੋ ਦੂਜੇ ਪਾਸੇ ਟੇਢੇ ਢੰਗ ਦੇ ਨਾਲ ਇਹ ਸਿੱਖਿਆ ਨੀਤੀ ਲਿਆ ਕੇ ਸਾਨੂੰ ਖਤਮ ਕਰਨ ਦੀ ਜਿਹੜੀਆਂ ਉਹ ਚਾਲਾਂ ਚੱਲ ਰਹੇ ਨੇ ਸੋ ਇਸ ਲਈ ਇਹ ਸਾਡਾ ਅੱਜ ਦਾ ਮੰਤਵ ਸੀਗਾ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਕੱਲੀਆਂ ਰੋਟੀਆਂ ਖਾ ਕੇ ਨਾ ਭਰਾਵੋ ਸੌਣ ਤੱਕ ਸੀਮਤ ਰਿਹਾ ਕਰੋ ਵੀ ਰੋਟੀ ਖਾ ਲਈ ਤੜਕੇ ਉੱਠ ਕੇ ਰੋਟੀ ਮਿਲ ਗਈ ਕੰਮ ਕਰ ਲਿਆ ਮਾੜਾ ਮੋਟਾ ਇੱਥੇ ਸੀਮਤ ਨਾ ਰਹੋ ਤੁਹਾਡੇ ਇਤਿਹਾਸ 'ਤੇ ਕੀ ਹਮਲਾ ਹੋ ਰਿਹਾ ਬੋਲੀ 'ਤੇ ਕੀ ਹਮਲਾ ਹੋ ਰਿਹਾ ਤੁਹਾਡੀ ਸੱਭਿਅਤਾ 'ਤੇ ਕੀ ਹਮਲਾ ਹੋ ਰਿਹਾ ਤੁਹਾਡੇ ਪਾਣੀਆਂ 'ਤੇ ਕੀ ਹਮਲੇ ਹੋ ਰਹੇ ਨੇ ਤੁਹਾਡੀ ਜਵਾਨੀ ਪ੍ਰਵਾਸ ਕਰ ਰਹੀ ਹੈ ਪੰਜਾਬ ਖਾਲੀ ਹੋ ਰਿਹਾ ਇਹ ਬਹੁਤ ਸੋਚਣ ਦਾ ਵਿਸ਼ਾ ਚਿੰਤਾ ਦਾ ਵਿਸ਼ਾ ਚਿੰਤਨ ਦਾ ਵਿਸ਼ਾ ਅਸੀਂ ਚਿੰਤਾ ਵੀ ਕਰਨਾ ਚਿੰਤਨ ਵੀ ਕਰਨਾ ਬੈਠ ਕੇ ਵਿਚਾਰਾਂ ਵੀ ਕਰਨੀਆਂ ਸੋ ਇਸ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਸਾਰੇ ਉਹ ਤਮਾਮ ਮਸਲੇ ਨੇ ਅਤੇ ਅਸੀਂ ਇਹਨਾਂ ਬੁੱਧੀਜੀਵੀਆਂ ਨੂੰ ਸੁਣਨਾ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਹਾਂ ਕਿ 8 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਪਟਿਆਲਾ ਦਾ ਜਿਹੜਾ ਅਸੀਂ ਰੱਖਿਆ ਸੈਮੀਨਾਰ ਉਹ 'ਚ ਪਹੁੰਚੋ ਉਹਨਾਂ ਬੁੱਧੀਜੀਵੀ ਵਿਦਵਾਨ ਬੰਦਿਆਂ ਦੇ ਸਾਡੇ ਨਾਲ ਬਹੁਤ ਜ਼ਿਆਦਾ ਬਿਹਤਰ ਤਰੀਕੇ ਨਾਲ ਤੁਹਾਨੂੰ ਦੱਸਣਗੇ ਕਿ ਕਿਵੇਂ ਇਸ ਸਿੱਖਿਆ ਨੀਤੀ ਦਾ ਸਾਡੀਆਂ ਬੋਲੀਆਂ ਸਾਡੇ ਇਤਿਹਾਸ ਸੱਭਿਅਤਾ ਦੇ ਉੱਤੇ ਸੱਭਿਆਚਾਰ ਵਿਰਸੇ ਦੇ ਉੱਤੇ ਕਿਵੇਂ ਮਾਰੂ ਅਸਰ ਪੈਣੇ ਆ ਉਹ ਸਾਰੀਆਂ ਗੱਲਾਂ ਵਿਸਤਾਰ ਨਾਲ ਤੁਹਾਨੂੰ ਦੱਸਣਗੇ ਮੀਡੀਆ ਨੂੰ ਵੀ ਸੱਦਾ ਦੇ ਦਿਓ ਸੋਨੂੰ ਸਾਰਿਆਂ ਨੂੰ ਭਰਾਵਾਂ ਨੂੰ ਸੱਦਾ ਮੀਡੀਆ ਨੂੰ ਹਾਂ ਬਿਲਕੁਲ ਮਾਨੇ ਨੇ ਕਿਹਾ ਕਿ ਸਾਰੇ ਮੀਡੀਆ ਨੂੰ ਵੀ ਤੁਸੀਂ ਜ਼ਰੂਰ ਪਟਿਆਲਾ ਯੂਨੀਵਰਸਿਟੀ 8 ਤਰੀਕ ਨੂੰ ਪਹੁੰਚੋ ਕਿਉਂਕਿ ਤੁਸੀਂ ਇੱਕ ਚੌਥਾ ਕਹਿੰਦੇ ਹੁੰਦੇ ਖੰਭਾ ਅਤੇ ਚੌਥਾ ਖੰਭਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਗੱਲ ਪਹੁੰਚਾਉਣੀ ਹੈ ਤੁਸੀਂ ਵੀ ਜ਼ਰੂਰ ਤੁਹਾਨੂੰ ਬੇਨਤੀ ਹੈ ਕਿ 8 ਨੂੰ ਪਟਿਆਲੇ ਆਪਣੀਆਂ ਟੀਮਾਂ ਲੈ ਕੇ ਪਹੁੰਚਿਓ ਬਈ ਤੁਸੀਂ ਭਾਸ਼ਾ ਦਾ ਜ਼ਿਕਰ ਕੀਤਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਊਥ ਦੀਆਂ ਸਟੇਟਾਂ ਘੁੰਮ ਕੇ ਆਏ ਉੱਥੇ ਅਤੇ ਪੰਜਾਬ ਨੂੰ ਜਦੋਂ ਕੰਪੈਰੀਜ਼ਨ ਕਰ ਰਹੇ ਨੇ ਆਪਸ 'ਚ ਮਿਲ ਕੇ ਦੇਖਦੇ ਹੋ ਕੀ ਹਾਲਾਤ ਕੀ ਨਜ਼ਰ ਆਏ ਖਾਸ ਕਰਕੇ ਭਾਸ਼ਾ ਨੂੰ ਜ਼ਮੀਨ ਸਮਾਨ ਦਾ ਫਰਕ ਆ ਅਸੀਂ ਬੰਗਲੌਰ ਉਤਰੇ ਅੱਡੇ 'ਤੇ ਜਹਾਂ ਜਾਣੇ 'ਤੇ ਅਸੀਂ ਉੱਥੋਂ ਟੈਕਸੀ ਕਰਾਈ ਭਾਨਾ 5-4 ਮਿੰਟ ਉਹਦੇ ਨਾਲ ਗੱਲਾਂ ਕਰਨ ਲੱਗ ਗਿਆ ਅਸੀਂ ਫਲਾਣੇ ਥਾਂ ਜਾਣਾ ਫਲਾਣੇ ਥਾਂ ਜਾਣਾ ਹਿੰਦੀ 'ਚ ਗੱਲ ਕਰਨ ਲੱਗ ਗਿਆ ਉਹ 5-7 ਮਿੰਟ ਤਾਂ ਬੋਲੇ ਹੀ ਨਹੀਂ ਟੈਕਸੀ ਵਾਲਾ ਉਹ ਕਹਿੰਦਾ ਓਨਲੀ ਇੰਗਲਿਸ਼ ਜਾਂ ਕੰਨੜ ਹੁਣ ਨਾ ਸਾਨੂੰ ਕੰਨੜ ਆਵੇ ਤਾਂ ਇੰਗਲਿਸ਼ ਸਾਨੂੰ ਟੁੱਟੀ ਫੁੱਟੀ ਹੀ ਆਉਂਦੀ ਸੀ ਉਹ ਅਸੀਂ ਸਮਝਾ ਨਹੀਂ ਸਕੇ ਪੂਰੀ ਗੱਲ ਅਖੀਰ ਉੱਥੋਂ ਆਪਣੇ ਬੰਦੇ ਨੂੰ ਕਿਸੇ ਨੂੰ ਫੋਨ ਕੀਤਾ ਉਹਨੇ ਸਾਨੂੰ ਫਿਰ ਉਹਨੂੰ ਸਮਝਾਈ ਫਿਰ ਉਹ ਸਾਨੂੰ ਟਿਕਾਣੇ 'ਤੇ ਲਿਆ ਜਿਹੜੇ ਕਿੰਨੇ ਸਮਰਪਿਤ ਨੇ ਉਹਨੂੰ ਆਉਂਦੀ ਸੀ ਇਹੋ ਜਿਹੀ ਗੱਲ ਮੈਂ ਉਹਨੂੰ ਦੂਜੀ ਕੋਈ ਬੋਲੀ ਨਹੀਂ ਆਉਂਦੀ ਬੰਗਾਲ ਦੇ ਏਅਰਪੋਰਟ ਬਾਰੇ ਦੱਸਿਓ ਬੰਗਾਲ ਗਏ ਅਸੀਂ ਬੰਗਾਲ ਦੇ ਮੈਂ ਤੁਹਾਨੂੰ ਦੱਸਦਾ ਬੰਗਾਲ ਤੋਂ ਬਾਅਦ ਅਸੀਂ ਗਏ ਕਰਨਾਟਕਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੇਲੰਗਾਨਾ ਕੇਰਲਾ 5 ਸੂਬੇ ਦੱਖਣ ਦੇ 1 ਬੰਗਾਲ 6 ਸੂਬਿਆਂ ਦੇ ਵਿੱਚ ਉਹਨਾਂ ਦੀ ਬੋਲੀ ਤੋਂ ਇਲਾਵਾ ਬੰਗਲਾ ਤੋਂ ਕੰਨੜ ਤਾਮਿਲ ਮਲਿਆਲਮ ਦੂਜੀ ਕੋਈ ਬੋਲੀ ਨਜ਼ਰ ਨਹੀਂ ਆਉਂਦੀ ਉਹ ਬੜੇ ਸਮਰਪਿਤ ਨੇ ਲੋਕ ਉਹ ਉਹਨਾਂ ਦੀਆਂ ਅਦਾਲਤਾਂ ਦਾ ਕੰਮ ਉੱਥੋਂ ਦਾ ਜੱਜਮੈਂਟ ਉੱਥੋਂ ਦੀ ਜਿਹੜਾ ਉੱਥੋਂ ਦੇ ਬਿਆਨ ਉਹਨਾਂ ਦੀ ਆਪਣੀ ਬੋਲੀ 'ਚ ਲਿਖੇ ਜਾਂਦੇ ਆ ਬਿਲਕੁਲ ਹੀ ਕਿਸੇ ਬੋਰਡ ਦੇ ਉੱਤੇ ਸਾਨੂੰ ਦਫ਼ਤਰ ਦੇ ਵਿੱਚ ਕਿਸੇ ਕਚਹਿਰੀ ਦੇ ਕਿਸੇ ਸਕੂਲ 'ਚ ਕਿਸੇ ਸੜਕ ਦੇ ਬੋਰਡ 'ਤੇ ਹਿੰਦੀ ਦਾ ਇੱਕ ਵੀ ਅੱਖਰ ਨਜ਼ਰ ਨਹੀਂ ਆਇਆ ਉਹ ਦੇਖੋ ਇੱਕ ਹੋਰ ਕਮਾਲ ਦੀ ਗੱਲ ਆ ਤੁਹਾਨੂੰ ਦੱਸਣਾ ਉਹ ਮੈਂ ਵੈਸੇ ਬੋਲਿਆ ਵੀ ਹਾਂ ਉੱਥੋਂ ਦੇ ਬੱਚਿਆਂ ਨੂੰ ਵੀ ਮੈਂ ਜਾ ਕੇ ਪੁੱਛਿਆ ਆਪਾਂ ਆਮ ਤੌਰ 'ਤੇ ਇੱਕ ਧਾਰਨਾ ਬਣੀ ਹੋਈ ਆ ਸਾਡੇ ਲੋਕਾਂ ਦੇ ਵਿੱਚ ਵੀ ਜੇ ਤੁਸੀਂ ਹਿਸਾਬ ਗਣਿਤ ਪੜ੍ਹਨਾ ਜਾਂ ਤੁਸੀਂ ਵਿਗਿਆਨ ਪੜ੍ਹਨਾ ਤਾਂ ਅੰਗਰੇਜ਼ੀ 'ਚ ਪੜ੍ਹ ਕੇ ਤੁਸੀਂ ਸਿੱਖ ਸਕਦੇ ਹਾਂ ਪਰ ਉਹਨਾਂ ਦਾ ਜਿਹੜਾ ਵਿਗਿਆਨ ਆ ਅਤੇ ਹਿਸਾਬ ਗਣਿਤ ਆ ਉਹ ਉਹਨਾਂ ਦੀ ਆਪਣੀ ਆਪਣੀ ਬੋਲੀ 'ਚ ਅਤੇ ਉਹ ਦੇਖੋ ਬੰਗਾਲ ਦੇ ਵਿੱਚ ਉਹਨਾਂ ਨੇ ਆਪਣੀਆਂ ਬੋਲੀਆਂ ਦੇ ਵਿੱਚ ਗਣਿਤ ਪੜ੍ਹ ਕੇ ਵਿਗਿਆਨ ਪੜ੍ਹ ਕੇ ਨੋਬਲ ਪੁਰਸਕਾਰ ਦਿੱਤੇ ਆ ਨਹੀਂ ਤੁਸੀਂ ਕਰ ਦੇਖੋ
ਤੁਸੀਂ ਨਾ ਇਸ ਸਿੱਖਿਆ ਨੀਤੀ ਨੂੰ ਪਹਿਲਾਂ ਜਿੰਨੀ ਕੁ ਮੈਂ ਪੜ੍ਹੀ ਹੈ ਮੈਂ ਦੱਸ ਦਿੰਦਾ ਤੁਸੀਂ ਪੜ੍ਹ ਵੀ ਦਿਓ। ਇਹਨਾਂ ਨੇ ਨਾ ਇੱਕ ਫਾਰਮੂਲਾ ਅਪਣਾਇਆ, ਉਹ ਫਾਰਮੂਲਾ ਕੀ ਹੈ, 5-3-3-4-4। 5-3-3 ਤੋਂ ਮਤਲਬ ਪਹਿਲਾਂ ਜਿਹੜੀਆਂ ਪੰਜ ਕਲਾਸਾਂ ਨੇ, ਪੰਜ ਕਲਾਸਾਂ ਕਿਹੜੀਆਂ ਹੋਣਗੀਆਂ, ਜਿਹਨੂੰ ਆਪਾਂ ਆਂਗਣਵਾੜੀ ਨਹੀਂ ਕਹਿ ਦਿੰਦੇ ਸੀ ਅੱਗੇ, ਆਂਗਣਵਾੜੀ 'ਚ ਆਪਾਂ ਹੀ ਪੜ੍ਹੇ ਹਾਂ, ਹੁਣ LKG UKG ਅਤੇ ਨਰਸਰੀ ਆ ਗਈ। LKG UKG ਨਰਸਰੀ ਦੇ ਪਹਿਲੀ ਅਤੇ ਦੂਜੀ ਇਹ ਪੰਜ ਕਲਾਸਾਂ ਤੱਕ ਤੁਸੀਂ ਆਪਣੀ ਮਾਂ ਬੋਲੀ 'ਚ ਪੜ੍ਹ ਸਕਦੇ। ਹੁਣ ਇਹ ਮਤਲਬ LKG UKG ਅਤੇ ਨਰਸਰੀ ਦਾ ਜਵਾਕ ਬੈਠਣਾ ਹੀ ਸਿੱਖਦਾ, ਅਤੇ ਰਹਿ ਗਈ ਪਹਿਲੀ ਅਤੇ ਦੂਜੀ, ਦੋ ਕਲਾਸਾਂ ਥੋੜ੍ਹੀ ਆਪਣੀ ਮਾਂ ਬੋਲੀ ਦੀਆਂ। ਅਗਲਾ ਜਿਹੜਾ ਆ ਜਾਂਦਾ, ਅਗਲਾ ਆ ਜਾਂਦਾ ਇਹਨਾਂ ਕੋਲ ਜਿਹੜਾ 3 ਭਾਸ਼ਾਈ ਫਾਰਮੂਲਾ ਸ਼ੁਰੂ ਹੋਣਾ ਆਪਣਾ 3, 4, 5 ਉਹ ਲਾਗੂ ਹੋ ਜਾਣਾ। ਅੱਗੇ ਜਿਹੜੀ 6th, 7th, 8th ਆ ਇਹਦਾ ਅੱਡ ਹੈ, 9th, 10th, 11th, 12th ਜਿਹੜੀਆਂ 4 ਕਲਾਸਾਂ ਨੇ, ਇਹਨਾਂ 4 ਕਲਾਸਾਂ ਦੇ ਵਿੱਚ ਸੰਸਕ੍ਰਿਤ ਤੁਹਾਨੂੰ ਲਾਜ਼ਮੀ ਹੋਣੀ ਹੈ, ਦੂਜੀ ਬੋਲੀ ਤੁਸੀਂ ਪੜ੍ਹਾਉਣੀ ਹੈ, ਪੜ੍ਹਾ ਲਓ, ਨਹੀਂ ਪੜ੍ਹਾਉਣੀ ਨਾ ਪੜ੍ਹਾਓ, ਤੁਹਾਡੀ ਮਰਜ਼ੀ। ਜਿਹੜੇ ਇੱਕ ਤਰੀਕੇ ਨਾਲ ਇਹ ਬੜਾ ਲਵਾਉਣੀਆਂ ਜਿਹੀਆਂ ਗੱਲਾਂ ਲੱਗਦੀਆਂ ਨੇ ਵੀ ਯਾਰ ਹਾਂ ਜਿਹੜਾ ਆਪਣੀ ਮਾਂ ਬੋਲੀ ਦੀ ਗੱਲ ਕਰ ਰਹੇ ਆ। ਹੁਣ ਮਾਂ ਬੋਲੀ ਦੀ ਜਵਾਕ ਤਾਂ ਪਹਿਲੀ ਤੋਂ ਮਾੜਾ ਮੋਟਾ ਸਿੱਖਣਾ ਸ਼ੁਰੂ ਕਰ ਦਿੰਦਾ ਹੈ, ਅਤੇ ਦੂਜੀ ਤੱਕ ਆ ਕੇ ਉਹ ਕਿੰਨਾ ਸਿੱਖ ਲੂਗਾ। ਅਤੇ ਹੁਣ ਤਾਂ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਆਪਾਂ ਪੰਜਾਬੀ ਦੇ ਵਿੱਚ ਸਾਰਾ ਪੜ੍ਹਦੇ ਆ ਰਹੇ ਹਾਂ, ਯੂਨੀਵਰਸਿਟੀਆਂ ਸਾਡੀ ਬੋਲੀ ਜਾਂਦੀ। ਪਰ ਸਰ ਕਿਤੇ ਨਾ ਕਿਤੇ ਲੋਕਾਂ ਦੀ ਮੈਂਟੈਲਿਟੀ ਤੇ ਡਿਪੈਂਡ ਕਰਦਾ ਨਾ ਕਿ ਉਹ ਚੀਜ਼ ਨੂੰ ਬਣਾ ਰਹੇ ਕਿ ਨਹੀਂ, ਜਿਵੇਂ ਮਤਲਬ ਕਿ ਪੰਜਾਬੀ ਤੁਸੀਂ ਕਿਹਾ ਕਿ ਆਪਾਂ ਵੱਖ ਵੱਖ ਰਾਜਾਂ 'ਚ ਜਾ ਕੇ ਆਏ ਹਾਂ, ਕਿ ਉੱਥੇ ਸਿਰਫ ਔਰ ਸਿਰਫ ਕੰਨੜ ਅਤੇ ਮਤਲਬ ਇੰਗਲਿਸ਼ ਲੈਂਗੁਏਜ ਨੂੰ ਹੀ ਮਤਲਬ ਪ੍ਰੈਫਰੈਂਸ ਦਿੱਤੀ ਗਈ ਹੈ, ਅਤੇ ਮਤਲਬ ਹੁਣ ਪੰਜਾਬ ਦੇ ਵਿੱਚ ਅਸੀਂ ਆਪ ਹੀ ਉਸ ਚੀਜ਼ ਨੂੰ ਅਡੋਪਟ ਨਹੀਂ ਕਰਨਾ ਚਾਹੁੰਦੇ, ਅਤੇ ਪੋਲਿਸੀ ਚੇਂਜ ਕਰਨ ਨੂੰ ਜ਼ਿਆਦਾ ਇੰਪੈਕਟ ਨਹੀਂ ਪਏਗਾ ਨਾ। ਨਹੀਂ ਮੈਂ ਛੋਟੇ ਵੀਰ ਗੱਲ ਹੀ ਇਹ ਕੀਤੀ ਹੈ, ਸਾਡੀ ਮਾਨਸਿਕਤਾ ਪੰਜਾਬੀਆਂ ਦੀ ਅਤੇ ਉਹਨਾਂ ਦੀ ਮਾਨਸਿਕਤਾ ਨੂੰ ਮੈਂ ਤਾਂ ਕਿਹਾ ਹੈ ਜਵਾਬ ਦਿੱਤਾ ਵੀਰ ਦਾ ਵੀ ਸਾਨੂੰ ਆਪਸ ਮੇਂ ਦੇਖਣਾ ਚਾਹੀਦਾ ਮੁਕਾਬਲਾ ਕਰਕੇ ਅਸੀਂ ਕਿੱਥੇ ਖੜੇ ਹੋ ਕਿੱਥੇ ਖੜੇ ਆ। ਉਹਨਾਂ ਨੇ ਤਾਂ ਆਪਣੇ ਉਹ ਕਲਾਕਾਰਾਂ ਨੂੰ ਜਿਹੜੇ ਉਹਨਾਂ ਦੇ ਕਲਾਕਾਰ ਨੇ ਦੱਖਣ ਦੇ, ਉਹਨਾਂ ਨੂੰ ਰੱਬ ਵਾਂਗੂ ਪੂਜਦੇ ਆ, ਉਹਨਾਂ ਦੇ ਮੰਦਰ ਬਣਾਈ ਬੈਠੇ ਆ, ਵੱਡੀਆਂ ਵੱਡੀਆਂ ਮੂਰਤੀਆਂ ਬਣਾਈਆਂ ਨੇ, ਉਹ ਕਲਾ ਨੂੰ ਬਹੁਤ ਪਿਆਰ ਕਰਦੇ ਆ। ਬੰਗਾਲ ਦੇ ਵਿੱਚ ਅਸੀਂ ਇੱਕ ਘਰ ਦੇਖਿਆ ਸੜਕ ਦੇ ਵਿਚਾਲੇ, ਉਹ ਹੈਗਾ ਗਿਰੀਸ਼ ਚੰਦਰ ਗੋਸ ਦਾ ਘਰ ਹੈ, ਜਿਹਨੇ 40 ਦੇ ਕਰੀਬ ਨਾਟਕ ਲਿਖੇ ਨੇ ਅਤੇ ਖੇਡੇ ਨੇ। ਉਹਦਾ ਘਰ ਸੜਕ ਦੇ ਵਿਚਾਲੇ ਹੈ, ਸੜਕ ਦੇ ਵਿਚਾਲੋਂ ਘਰ ਨਹੀਂ ਢਾਇਆ ਉਹਨਾਂ ਨੇ, ਸੜਕ ਪਾਸੇ ਦੀ ਕੱਢਤੀ। ਹਰ ਸਾਲ ਬਾਅਦ ਉਹ ਬੰਗਾਲੀ ਲੋਕਾਂ ਲਈ ਅਤੇ ਹੋਰ ਲੋਕਾਂ ਲਈ ਉਹ ਘਰ ਖੁੱਲ੍ਹਦਾ, ਉਹਦੀਆਂ ਜੋ ਵਸਤਾਂ ਉੱਥੇ ਪਈਆਂ ਨੇ, ਉਹਦੇ ਕੱਪੜੇ, ਉਹਦੇ ਪੈੱਨ, ਕਾਪੀਆਂ, ਜੋ ਸਮਾਨ ਪਿਆ ਲੋਕਾਂ ਨੂੰ ਦਿਖਾਇਆ ਜਾਂਦਾ। ਦੇਖੋ ਕਲਾਕਾਰ ਨੂੰ ਉਹਨਾਂ ਨੇ ਸਾਂਭਿਆ ਹੋਇਆ, ਸਿਰਫ ਕਲਾਕਾਰ ਨੂੰ, ਨਾਲੇ ਉਹ ਕੋਈ ਫਰੀਡਮ ਫਾਈਟਰ ਨਹੀਂ ਆ, ਕਿਉਂਕਿ ਜੰਗ ਦੀ ਆਜ਼ਾਦੀ ਨਹੀਂ, ਕੋਈ ਆਜ਼ਾਦੀ ਲਈ ਜੰਗ ਨਹੀਂ ਉਹ ਲੜਿਆ, ਸਿਰਫ ਉਹਨੇ ਨਾਟਕ ਲਿਖੇ ਅਤੇ ਖੇਡੇ ਆ, ਉਸ ਬੰਦੇ ਨੂੰ ਬਚਾ ਕੇ ਰੱਖਿਆ ਹੋਇਆ, ਉਹ ਕਲਾ ਨੂੰ ਕਿੰਨਾ ਪਿਆਰ ਕਰਦੇ ਆ। ਬੰਗਾਲ ਦੇ ਵਿੱਚ ਸਾਨੂੰ ਘੱਟੋ ਘੱਟ 100-150 ਦੇ ਕਰੀਬ ਅਸੀਂ ਇਹੋ ਜਿਹੇ ਬੁੱਤ ਦੇਖੇ ਹੋਣੇ ਆ ਜਿਹਦੇ ਹੱਥ 'ਚ ਉਹ ਗਿਟਾਰ ਜੀ ਫੜੀ ਹੋਈ ਹੈ ਜਾਂ ਕੋਈ ਤਬਲਾ ਵਜਾ ਰਿਹਾ, ਇਹਨੂੰ ਕਲਾ ਨੂੰ ਕਿੰਨਾ ਪਿਆਰ ਕਰਦੇ। ਅਤੇ ਸਾਡੇ ਤਾਂ ਇੱਥੇ ਹਾਲਾਤ ਇਹ ਨੇ ਕਿ ਜਿਨ੍ਹਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ, ਖੂਨ ਡੋਲਿਆ, ਆਪਣਾ ਸਾਰਾ ਪਰਿਵਾਰ ਕੁਰਬਾਨ ਕਰਤਾ, ਤੁਹਾਨੂੰ ਪੰਜਾਬ ਦੇ ਅੰਦਰ ਕਿੰਨੇ ਕੁ ਬੁੱਤ ਨਜ਼ਰ ਆਉਂਦੇ ਆ, ਬੰਦਾ ਸਿੰਘ ਬਹਾਦਰ ਦੇ, ਸ਼ਾਮ ਸਿੰਘ ਅਟਾਰੀ ਦੇ, ਹਰੀ ਸਿੰਘ ਨਲੂਏ ਦੇ, ਸ਼ਹੀਦ ਭਗਤ ਸਿੰਘ ਦੇ, ਕਰਤਾਰ ਸਿੰਘ ਸਰਾਭੇ, ਦੂਧ ਸਿੰਘ ਦੇ, ਕਿੰਨੇ ਕੁ ਬੁੱਤ ਨਜ਼ਰ ਆਉਂਦੇ ਨੇ, ਬਹੁਤ ਥੋੜ੍ਹੇ ਨੇ ਨਾ ਮਾਤਰ ਹੋਣੇ, ਉਹਨਾਂ ਦੇ ਹਰ ਗਲੀ ਮੋੜ 'ਤੇ ਆ, ਜਿਹੜੇ ਉਹ ਕਿੰਨੇ ਸਾਡੇ ਨਾਲ ਅੱਗੇ ਨੇ, ਇਹੀ ਦਿਖਾਉਣ ਦੀ ਕੋਸ਼ਿਸ਼ ਅਸੀਂ ਉਹਨਾਂ ਸੂਬਿਆਂ 'ਚ ਜਾ ਕੇ ਕੀਤੀ ਸੀ। ਬਲਦੇਵ ਸਿੰਘ ਸਿਰਸਾ ਨੇ ਮੁੱਦਾ ਚੱਕਿਆ, ਬੋਰਡ ਦੇ ਮੂਹਰੇ ਮੋਹਾਲੀ ਮੋਰਚਾ ਲੱਗਿਆ ਕਾਫੀ, ਉਦੋਂ ਬਾਅਦ ਕਿਤੇ ਜਾ ਕੇ ਉਹ ਪਰਚਾ ਵੀ ਉਸ ਨਾਂ ਦਾ ਖਾਨਾ ਪੂਰਤੀ ਹੋ ਗਈ। ਹੁਣ ਇਹੀ ਤਾਂ ਗੱਲ ਆ ਰਹੀ ਹੈ ਨਾ ਵੀ ਜੇ 328 ਸਰੂਪ ਗਾਇਬ ਹੋ ਜਾਂਦੇ ਨੇ ਉਹ ਕਿੱਥੇ ਜਾਂਦੇ ਨੇ, ਕੁਛ ਕੀ ਤਬਦੀਲੀਆਂ ਹੋਣਗੀਆਂ, ਇਸੇ ਲਈ ਤਾਂ ਅੱਜ ਅਸੀਂ ਰੌਲਾ ਪਾ ਰਹੇ ਹਾਂ। ਤੁਹਾਡਾ ਆਉਣ ਵਾਲਾ ਇਤਿਹਾਸ ਅਗਲਿਆਂ ਨੇ ਲਿਖ ਕੇ ਉੱਥੇ ਭੇਜ ਦੇਣਾ, ਤੁਹਾਡੇ ਜਵਾਕਾਂ ਨੂੰ ਪੜ੍ਹਾਇਆ ਜਾਣਾ। ਅਸੀਂ ਤਾਂ ਮੈਂ ਵੀਰ ਦੀ ਗੱਲ ਦਾ ਜਵਾਬ ਜੋੜ ਕੇ ਦਿੰਦਾ, ਅਸੀਂ ਤਾਂ ਆਪਣੇ ਜਵਾਕਾਂ ਨੂੰ ਸਕੂਲ 'ਚ ਜਾ ਕੇ ਇਹ ਨਹੀਂ ਪੁੱਛਦੇ ਉੱਥੇ ਸਾਨੂੰ ਪੜ੍ਹਾਈ ਕੀ ਜਾਂਦੇ ਹੋ, ਸਾਡੇ ਜਵਾਕਾਂ ਨੂੰ ਪੰਜਾਬੀ ਆਉਂਦੀ ਹੈ ਨਹੀਂ ਆਉਂਦੀ, 10th, 10th ਜੀ ਪੜ੍ਹਦੇ ਜਵਾਕਾਂ ਨੂੰ ਆਪਣਿਆਂ ਨੂੰ, ਪਿੰਡਾਂ ਦੇ ਨਾਂ ਪੰਜਾਬੀ 'ਚ ਲਿਖਣੇ ਨਹੀਂ ਆਉਂਦੇ ਆਪਣੇ ਪਿੰਡਾਂ ਦੇ ਨਾਂ, ਉਹ ਇਸ ਤਰੀਕੇ ਨਾਲ ਵੀ ਸਾਨੂੰ ਸਰ। ਦੇਖੋ ਮੈਂ ਜਿਹੜੀ ਗੱਲ ਕਹੀ ਆ, ਆਪਾਂ ਇਹਨਾਂ ਨੇ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਇਤਿਹਾਸ 'ਤੇ ਬੋਲਿਆ, ਜਦੋਂ ਆਪਾਂ ਮਾਣ ਕਿਤੇ ਮਹਿਸੂਸ ਕਰਦੇ ਹਾਂ, ਜਦੋਂ ਆਪਾਂ ਇਹ ਪੜ੍ਹਦੇ ਹਾਂ ਵੀ ਯਾਰ ਸਾਡੇ ਇਕੱਲੇ ਇਕੱਲੇ ਬੰਦਿਆਂ ਨੇ ਜਗ ਨੂੰ ਪਲਟਾ ਮਾਰਤਾ,
ਐਡੀਆਂ ਮਹਾਨ ਲੜਾਈਆਂ ਲੜੇ, ਸਾਡੇ 40 ਸਿੰਘ ਸਵਾ ਸਵਾ ਲੱਖ ਨਾਲ ਭਿੜ ਗਏ, ਤਾਂ ਪਰ ਸਾਡੇ 'ਚ ਵੀ ਹੌਸਲਾ ਤੇ ਜਜ਼ਬਾ ਪੈਦਾ ਹੁੰਦਾ ਨਾ ਉਹ ਦੇ ਇਹ ਉਹਨਾਂ ਨੂੰ ਸਾਰੇ ਕੁਛ ਨੂੰ ਬਦਲਣਾ ਜਿਵੇਂ ਤੁਸੀਂ ਗੱਲ ਕੀਤੀ। ਬਿਲਕੁਲ ਉਹਦੇ 'ਚ ਇਹੀ ਹੈ ਵੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਸੀ, ਦਸਵੇਂ ਪਾਤਸ਼ਾਹ ਜੀ ਆਪਣੇ ਬੱਚਿਆਂ ਨੂੰ ਛੱਡ ਕੇ ਭੱਜ ਗਏ ਸੀ। ਔਰ ਉਹ ਲਿਖਣ ਵਾਲੇ ਕੌਣ ਨੇ? ਸਿੱਖ ਰਾਈਟਰ। ਅੱਛਾ, ਇਹ ਵੈਸੇ ਮੈਂ ਪਹਿਲਾਂ ਵੀ ਜਵਾਬ ਦਿੱਤਾ, ਹੁਣ ਫਿਰ ਦੇ ਦੇ। 2016 ਦੇ ਵਿੱਚ ਮੈਂ ਬੋਰਡਾਂ ਦੇ ਰੰਗ ਮਾਰੇ, ਮੈਂ ਕਦੇ ਨਹੀਂ ਕਿਹਾ ਵੀ ਅੰਗਰੇਜ਼ੀ ਨਾ ਲਿਖੋ ਕਿਤੇ, ਮੈਂ ਕਿਹਾ ਸਾਡੀ ਪੰਜਾਬੀ ਪਹਿਲ ਤੇ ਅੰਗਰੇਜ਼ੀ ਦੂਜੀ ਦੇ ਮਰਦੇ। ਤੇ ਮੈਨੂੰ ਕਦੇ ਵੀ ਤੁਸੀਂ ਇੱਕ ਵੀ ਮੇਰਾ ਬਿਆਨ ਕੱਢ ਕੇ ਸੁਣਾ ਦਿਓ ਜਿੱਥੇ ਮੈਂ ਇਹ ਕਿਹਾ ਵੀ ਸਾਡੇ ਜਵਾਕਾਂ ਨੂੰ ਅੰਗਰੇਜ਼ੀ ਨਹੀਂ ਪੜ੍ਹਨੀ ਚਾਹੀਦੀ, ਹਿੰਦੀ ਨਹੀਂ ਪੜ੍ਹਨੀ ਚਾਹੀਦੀ। ਮੈਂ ਕਹਿੰਦਾ ਹਿੰਦੀ, ਫ੍ਰੈਂਚ, ਅਰਬੀ, ਉਰਦੂ, ਅੰਗਰੇਜ਼ੀ ਜੋ ਮਰਜ਼ੀ ਪੜ੍ਹਾਓ, ਗੱਲ ਆਪਣੀ ਬੋਲੀ ਦੀ ਹੋਣੀ ਚਾਹੀਦੀ। ਨੰਬਰ 2, ਜਿਹੜੇ ਸਕੂਲ 'ਚ ਮੇਰਾ ਜਵਾਕ ਪੜ੍ਹਦਾ, ਮੈਂ ਉਹਦੇ ਮਾਲਕ ਨੂੰ ਮਿਲਿਆ, ਉਹਦਾ ਨਾਂ ਗਗਨ, ਮੋਡਲਰਾ ਸਕੂਲ ਹੈ। ਮੈਂ ਕਿਹਾ ਗਗਨ, ਤੇਰੇ ਸਕੂਲ ਦੇ ਵਿੱਚ ਆਮ ਤੌਰ 'ਤੇ ਜਿੰਨੇ ਅੰਗਰੇਜ਼ੀ ਮਾਧਿਅਮ ਸਕੂਲ ਹੈ ਇਹਨਾਂ ਦੇ ਵਿੱਚ ਪਹਾੜੇ ਨੇ ਜਿਹੜੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਜਾਂ ਏਕਾ ਦੂਆ, ਇਹ ਪੰਜਾਬੀ 'ਚ ਨਹੀਂ ਪੜ੍ਹਾਏ ਜਾਂਦੇ ਕਿਸੇ ਵੀ ਸਕੂਲ 'ਚ। ਮੈਂ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਬਾਈ ਤੇਰੇ ਅਗਲੇ ਸੈਸ਼ਨ ਤੋਂ, ਕਹਿੰਦਾ ਇਸ ਵਾਰੀ ਨਹੀਂ ਅਗਲੇ ਸੈਸ਼ਨ ਤੋਂ ਸ਼ੁਰੂ ਕਰ ਵੀ ਤੇਰੇ ਪੰਜਾਬੀ ਦੇ ਵਿੱਚ ਪਹਾੜੇ ਵੀ ਪਹਾੜ ਸਾਰੇ ਜਵਾਕਾਂ ਨੂੰ ਪੜ੍ਹਾਏ ਜਾਣਗੇ ਅਤੇ ਏਕਾ ਦੂਆ ਵੀ ਪੰਜਾਬੀ 'ਚ। ਉਹ ਕਹਿੰਦਾ ਬਾਈ ਇਹ ਤਾਂ ਹੈ ਗੱਲ, ਇਹ ਨਹੀਂ ਮੈਂ ਦੂਜੇ ਦਿਨ ਸਕੂਲਾਂ 'ਚ ਜਾ ਕੇ ਰੌਲਾ ਪਾਉਣਾ, ਪਰ ਮੈਂ ਗੱਲ ਇਹ ਕਹਿੰਦਾ ਵੀ ਸਕੂਲਾਂ ਦੇ ਅੰਦਰ ਹਾਲਾਤ ਬਹੁਤ ਮਾੜੇ ਨੇ। ਹੁਣ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ, ਸੈਂਟ ਜੇਵੀਅਰ ਸਕੂਲ ਹੈ, ਸੈਂਟ ਜੋਸਫ ਸਕੂਲ ਹੈ, ਸੈਂਟ ਪੌਲ, ਜਿੰਨੇ ਇਹ ਸਕੂਲ ਨੇ ਕ੍ਰਿਸ਼ਨਾ ਦੇ ਸਕੂਲ ਆਪਾਂ ਕਹਿ ਲਈਏ, ਉਹ ਆਪਣਾ ਸੱਭਿਆਚਾਰ ਥੋਪ ਰਹੇ ਹੈ, ਉਹ ਆਪਣੀਆਂ ਨੀਤੀਆਂ ਲਾਗੂ ਕਰ ਰਹੇ ਨੇ। ਹੁਣ ਤੁਹਾਨੂੰ ਮੈਂ ਦੱਸਦਾ, ਪਿੱਛੇ ਜੇ ਮੈਨੂੰ ਮੇਰਾ ਕੋਈ ਮਿੱਤਰ ਹੈ ਉਹ ਸਕੂਲ ਬੈਂਡ ਚਲਾਉਂਦਾ, ਬਠਿੰਡੇ ਦੀ ਘਟਨਾ, ਉਹ ਸਕੂਲ ਬੈਂਡ ਚਲਾਉਂਦਾ ਅਤੇ ਉਹ ਉੱਥੋਂ ਹਟ ਗਿਆ, ਜੋ ਨੌਕਰੀ ਸੀ ਉਹਨੇ ਦੱਸਿਆ, ਉਦੋਂ ਨਹੀਂ ਮੈਨੂੰ ਦੱਸਿਆ ਉਹਨੇ, ਹਟਣ ਤੋਂ ਬਾਅਦ ਇਹ ਗੱਲ ਦੱਸੀ, ਕਹਿੰਦਾ ਬਾਈ ਜੀ ਛੁੱਟੀ ਹੋਈ ਨਾ ਸਕੂਲ ਦੇ ਵਿੱਚ ਅਤੇ ਮੈਨੂੰ ਪ੍ਰਿੰਸੀਪਲ ਮੈਡਮ ਨੇ ਬੁਲਾ ਲਿਆ ਜਦੋਂ ਮੈਂ ਸਵੇਰੇ ਜਵਾਕਾਂ ਨੂੰ ਲੈ ਗਿਆ। ਮੈਨੂੰ ਕਹਿੰਦੀ ਵੀ ਜਦੋਂ ਅੱਥ ਨੇ ਸਾਡਾ ਟੀਚਰ ਤੈਨੂੰ ਜਾਣ ਵੇਲੇ ਸਕੂਲ ਦੇ ਵਿੱਚ ਬੱਚਿਆਂ ਨੂੰ ਕਹੂਗਾ, ਤੈਨੂੰ ਕਹੂਗਾ ਤੂੰ ਬੈਨ ਆਪਣੀ ਉਦੋਂ ਸਟਾਰਟ ਕਰਨੀ ਹੈ, ਉਦੋਂ ਪਹਿਲਾਂ ਸਟਾਰਟ ਨਹੀਂ ਕਰਨੀ। ਉਹਨੂੰ ਸਾਰੀ ਗੱਲਬਾਤ ਉਹ ਸਮਝਾ ਦਿੱਤੀ ਗਈ। ਛੁੱਟੀ ਹੁੰਦੀ ਆ, ਬੱਚੇ ਬੈਨ ਚੜ੍ਹਦੇ ਆ, ਛੋਟੇ ਛੋਟੇ ਜਵਾਕ ਹੋਊ ਪਹਿਲੀ ਦੂਜੀ ਵਾਲਾ ਜਵਾਕ ਆਉਂਦੇ ਆ, ਮੈਡਮ ਵੀ ਆ ਕੇ ਬੈਨ ਚੜ੍ਹ ਜਾਂਦੀ ਹੈ। ਮੈਡਮ ਪਹਿਲਾਂ ਕਹਿੰਦੀ ਆ ਵੀ ਤੁਸੀਂ ਰਾਮ ਨੂੰ ਯਾਦ ਕਰੋ, ਬੱਚੇ ਰਾਮ ਨੂੰ ਯਾਦ ਕਰਦੇ ਆ, ਬੈਨ ਸਟਾਰਟ ਨਹੀਂ ਹੁੰਦਾ। ਫਿਰ ਮੈਡਮ ਕਹਿੰਦੀ ਤੁਸੀਂ ਹੁਣ ਅੱਲਾਹ ਨੂੰ ਯਾਦ ਕਰੋ, ਫਿਰ ਬੈਨ ਨਹੀਂ ਸਟਾਰਟ ਹੁੰਦੀ। ਫਿਰ ਮੈਡਮ ਕਹਿੰਦੀ ਹੈ ਵੀ ਤੁਸੀਂ ਵਾਹਿਗੁਰੂ ਨੂੰ ਯਾਦ ਕਰੋ, ਫਿਰ ਬੈਨ ਨਹੀਂ ਸਟਾਰਟ ਹੁੰਦੀ। ਫਿਰ ਮੈਡਮ ਕਹਿੰਦੀ ਲੈ ਹੁਣ ਆਪਾਂ ਆਪਣੇ ਵਾਲੇ ਨੂੰ ਯਾਦ ਕਰਦੇ ਹਾਂ, ਗੁਰੂਆਂ ਨੂੰ ਜਦੋਂ ਉਹਨਾਂ ਨੂੰ ਯਾਦ ਕਰਦੇ ਹੋ ਪ੍ਰੇ ਵਗੈਰਾ ਕਰਦੇ ਹੈ ਤਾਂ ਉਹ ਸਿਹਾਰਾ ਮਾਰੇ ਹੁੰਦਾ ਡਰਾਈਵਰ ਨੂੰ, ਉਹ ਬੈਨ ਸਟਾਰਟ ਕਰ ਲੈਂਦਾ। ਤਾਂ ਮੈਡਮ ਬੱਚਿਆਂ ਨੂੰ ਕੀ ਕਹਿੰਦੀ ਹੈ ਕਿ ਦੇਖੋ ਗੌਡ ਦੇ ਵਿੱਚ ਕਿੰਨੀ ਸ਼ਕਤੀ ਹੈ। ਹੁਣ ਇੱਕ ਜਿਹੜੀ ਅਵਸਥਾ ਬੱਚੇ ਦੀ ਹੈ ਉਹਨੂੰ ਜੋ ਮਰਜ਼ੀ ਪੜ੍ਹਾ ਦਿਓ, ਜੋ ਮਰਜ਼ੀ ਤੁਹਾਨੂੰ ਸਿਖਾ ਦਿਓ, ਉਹ ਤਾਂ ਉਹਨੇ ਸਿੱਖ ਜਾਣਾ, ਉਹ ਆਪਣੇ ਤਰੀਕੇ ਨਾਲ ਲੱਗੇ ਹੋਏ ਨੇ ਸਾਡੇ। ਪਰ ਇਹ ਜ਼ਿੰਮੇਵਾਰ ਕਸੂਰਵਾਰ ਕੌਣ ਹੈ? ਜਿਹੜੇ ਮੈਂ ਪੁੱਛਣਾ ਚਾਹੁੰਦਾ, ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਬੰਦੇ ਪੰਜਾਬ ਦੇ 24 ਘੰਟੇ ਘੱਟਾ ਢੋਂਦੇ ਆ, ਕੰਮ ਧੰਦੇ ਕਰਦੇ ਆ, ਕਮਾਈ ਕਰਦੇ ਆ, ਮਿੱਟੀ ਨਾਲ ਮਿੱਟੀ ਹੁੰਦੇ ਆ, ਕਾਹਦੀ ਖਾਤਰ? ਆਪਣੇ ਜਵਾਕਾਂ ਦੀ ਖਾਤਰ। ਹਰ ਬੰਦਾ ਤੁਸੀਂ ਇੱਥੇ, ਮੈਂ ਕੋਈ ਬੰਦਾ ਆਪ ਭੁੱਖ 'ਤੇ ਘੱਟ ਲੈਂਦਾ, ਉਹਨੂੰ ਇਹ ਹੁੰਦਾ ਵੀ ਯਾਰ ਮੇਰਾ ਜਵਾਕ ਵਧੀਆ ਭਵਿੱਖ ਉਹਦਾ ਬਣ, ਇਹੀ ਹੁੰਦਾ ਨਾ। ਅਤੇ ਉਹ ਭਵਿੱਖ ਦਾ ਲਈ ਅਸੀਂ ਉਸ ਭਵਿੱਖ ਦਾ ਗਾਹਾਂ ਵਾਲਾ ਭਵਿੱਖ ਇਹੋ ਜਿਹਾ ਹੋਣਾ, ਇਹੀ ਜਾ ਕੇ ਸਕੂਲ 'ਚ ਪਤਾ ਹੀ ਨਹੀਂ ਕੀਤਾ ਵੀ ਜੋੜੀ ਕਿੱਥੇ ਜਾਂਦੇ ਆ, ਕਿਹੜੇ ਇਤਿਹਾਸ ਨਾਲ, ਕਿਹੜੇ ਸਾਹਿਤ ਨਾਲ, ਕਿਹੜੀ ਬੋਲੀ ਨਾਲ। ਇਹ ਸਭ ਤੋਂ ਵੱਡੀ ਸਾਡੀ ਬਿਮਾਰੀ ਪੰਜਾਬੀਆਂ ਦੇ ਵਿੱਚ, ਬਹੁਤ ਵੱਡੀ ਬਿਮਾਰੀ ਹੈ। ਐਡਾ ਬੜਾ ਰੌਲਾ ਪੈ ਗਿਆ ਸਕੂਲ 'ਚ, ਰੌਲਾ ਪੈ ਗਿਆ। ਮੈਨੂੰ 16 ਤੋਂ ਲੈ ਕੇ ਅਸੀਂ ਮੁੱਦੇ ਚੱਕਦੇ ਆ ਰਹੇ ਹਾਂ ਬੋਲੀ ਨੂੰ ਲੈ ਕੇ, ਅੱਜ 7 ਸਾਲ ਹੋ ਗਏ ਸਾਨੂੰ, ਪਰਚੇ ਵੀ ਹੋਏ, ਜੇਲ੍ਹ ਵੀ ਜਾਣਾ ਪਿਆ, ਪਰ ਲੋਕ ਉੱਥੇ ਦੇ ਉੱਥੇ ਖੜ੍ਹੇ ਆ। ਅਸੀਂ ਇੱਥੋਂ ਕੋਈ ਬਾਹਰਲਾ ਪ੍ਰਵਾਸੀ ਆ ਜਾਏ ਉਹਦੇ ਨਾਲ ਹਿੰਦੀ 'ਚ ਗੱਲ ਕਰਦੇ ਹੁੰਦੇ ਹਾਂ। ਤੁਹਾਨੂੰ ਮੈਂ ਗੱਲ ਪਹਿਲਾਂ ਸੁਣਾਈ ਦਿੱਤੀ ਹੈ ਕਰਨਾਟਕਾ ਦੀ ਵੀ ਉਹ ਹਿੰਦੀ 'ਚ ਬੋਲਣ ਨੂੰ ਤਿਆਰ ਨੇ, ਪਰ ਅਸੀਂ ਉਲਟਾਂ। ਅਸੀਂ ਕੋਈ ਬੰਦਾ ਆਇਆ ਉਹਦੇ ਨਾਲ ਆਪਦੀ ਬੋਲੀ ਨਹੀਂ ਅਸੀਂ ਬੋਲਣੀ, ਇਹ ਉਹਦੀ ਮਜਬੂਰੀ ਹੈ ਨਾ ਕਿ ਸਾਡੀ ਮਜਬੂਰੀ ਹੈ। ਡੈਨਮਾਰਕ ਤੋਂ ਮੇਰਾ ਮਿੱਤਰ ਆਇਆ, ਉਹਦੇ ਨਾਲ ਗੋਰੇ ਆਏ ਜਿਹੜੇ ਡੈਨਮਾਰਕ ਵਾਲੇ ਸੀ, ਉਹ ਮੈਨੂੰ ਦੱਸਣ ਲੱਗ ਗਏ ਉਹ ਆਪਦੀ ਪਤਾ ਨਹੀਂ ਕੀ ਡੈਨਿਸ਼ ਭਾਸ਼ਾ 'ਚ ਬੋਲੀ ਜਾਇਆ ਕਰਨ, ਦੋ ਗੋਰੇ ਸੀ। ਮੈਂ ਜਿਹੜੇ ਨਾ ਅੰਗਰੇਜ਼ੀ ਬੋਲਦੇ, ਬੋਲਦੇ ਕੀ ਆ? ਉਹ ਕਹਿੰਦਾ ਜੀ ਆਪਣੀ ਡੈਨਿਸ਼ ਬੋਲਦੇ ਆ। ਕਹਿੰਦਾ ਡੈਨਮਾਰਕ ਦੇ ਵਿੱਚ ਇਹ ਹਾਲਾਤ ਹੈ, ਜੇ ਤੁਸੀਂ ਕਿਸੇ ਦੁਕਾਨ 'ਤੇ ਸੌਦਾ ਲੈਣ ਜਾਣਾ ਉਹਨਾਂ ਦੀ ਬੋਲੀ 'ਚ ਬੋਲਣਾ ਪੈਣਾ, ਤੁਸੀਂ ਦੁਕਾਨ 'ਤੇ ਕੰਮ ਕਰਨ ਲੱਗਣਾ ਉਹਨਾਂ ਦੀ ਬੋਲੀ ਸਿੱਖੋ ਪਹਿਲਾਂ।
ਸਾਡੇ ਤਾਂ ਵਰਤਾਰਾ ਹੀ ਹੈ ਨਹੀਂ। ਤੁਸੀਂ ਪੰਜਾਬ ਦੇ ਵਿੱਚ ਬੋਰਡ ਦੇਖੋਗੇ ਸ਼ਹਿਰਾਂ ਦੇ ਛੋਟਿਆਂ ਦੇ ਵੱਡਿਆਂ ਦੇ, ਸਾਰੇ ਬੋਰਡ ਹਿੰਦੀ 'ਚ। ਰੋਡਵੇਜ ਬੱਸ ਜਲੰਧਰ ਡਿਪੂ ਦੀ, ਲੁਧਿਆਣਾ ਡਿਪੂ ਦੀ, ਉਹ ਹਿੰਦੀ 'ਚ ਬੋਰਡ ਆ। ਜਿਵੇਂ ਪੰਜਾਬ 'ਚ ਘੁੰਮਣਾ ਦੇਖੋ, ਇਹ ਅਸੀਂ ਬਾਈ ਜੀ ਇਹੀ ਕਹਿ ਰਹੇ ਹਾਂ ਵੀ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ, ਪਾਰਟੀ ਪ੍ਰਧਾਨ ਨੇ, ਮਾਨ ਸਾਹਿਬ ਮੁੱਖ ਮੰਤਰੀ ਵੀ ਨੇ, ਉਹਨਾਂ ਨੂੰ ਵੀ ਅਸੀਂ ਮੇਲ ਕੀਤੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਅਸੀਂ ਸੱਦਾ ਭੇਜਿਆ, ਜਾਖੜ ਸਾਹਿਬ ਨੂੰ ਵੀ ਭੇਜਿਆ, ਅਸੀਂ ਕਾਂਗਰਸ ਵੱਲੋਂ ਜਿਹੜਾ ਵੜਿੰਗ ਸਾਹਿਬ ਉਹਨਾਂ ਨੂੰ ਵੀ ਭੇਜਿਆ ਵੀ ਭਾਈ ਸਾਰੇ ਆਓ। ਇਹ ਛੋਟਾ ਮੁੱਦਾ ਨਹੀਂ ਹੈ, ਅਸਲ ਤਾਂ ਇਹ ਚਾਹੀਦਾ ਜਿਹੜਾ ਚੋਣ ਮੈਨੀਫੈਸਟੋ ਆ ਉਹਦਾ ਮੁੱਦਾ ਹੋਣਾ ਚਾਹੀਦਾ, ਬੋਲੀ ਬੋਲੀ ਆਪਣੀ ਸੱਭਿਆਚਾਰ ਨੂੰ। ਇਹ ਮੁੱਦੇ ਹੈ ਹੀ ਨਹੀਂ, ਮੁੱਦੇ ਅੱਜ ਕੱਲ੍ਹ ਘੋੜੇ ਘੋੜੇ, ਪਤਾ ਨਹੀਂ ਕਿਹਦੇ ਘੋੜੇ, 57 ਚ ਕਿਹੜੇ 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 ਘੋੜੇ ਖਾ ਗਿਆ, ਪਤਾ ਨਹੀਂ ਮਜੀਠੇ ਦਾ ਕੌਣ ਖਾ ਗਿਆ, ਅਤੇ ਸਾਡੇ ਮੁੱਖ ਮੰਤਰੀ ਉਹ ਫੁੱਟਬਾਲ ਨਹੀਂ ਖੇਡਦੇ ਹੁੰਦੇ, ਉਹਨੂੰ ਗੋਲ ਦਾ ਮਾਰਦਾ ਉੱਧਰ ਨੂੰ ਟੁੱਲ, ਉਹਦੇ ਕੋਲ ਵੱਜ ਜਾਂਦੀ ਉੱਧਰੋਂ ਟੁੱਲ ਮਾਰਦਾ ਮੁੱਖ ਮੰਤਰੀ ਕੋਲ, ਐਂ ਪਾਸ ਦੇ ਖੇਡੀ ਜਾਂਦੇ ਆ। ਇਹ ਮੁੱਦੇ ਹੀ ਹੈ ਨਹੀਂ, ਪ੍ਰਵਾਸ ਮੁੱਦਾ ਹੈ, ਪਾਣੀ ਸਾਡੇ ਕੋਲ 16 ਸਾਲ ਦਾ ਰਹਿ ਗਿਆ ਮੁੱਦਾ ਹੈ, ਨਸ਼ਿਆਂ ਨਾਲ ਰੋਜ਼ ਮੁੰਡੇ ਸਾਡੇ ਟੀਕੇ ਲਾ ਕੇ ਮਰਦੇ ਮੁੱਦਾ ਹੈਗਾ, ਰੋਜ਼ ਕਤਲੋਗਾਰਤ ਹੁੰਦੀ ਹੈ, ਕਿਸੇ ਕਿਸੇ ਵਪਾਰੀ ਦਾ ਦੁਕਾਨ ਲੁੱਟ ਲਈ, ਕਿਸੇ ਗੋਲੀ ਮਾਰ ਗਏ, ਕਿਤੋਂ ਫਰੌਤੀ ਮੰਗ ਲਈ ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਦੇ, ਮੁੱਦਾ ਹੈਗਾ। ਆਹ ਲਾਰੈਂਸ ਵਰਗੇ ਜਾ ਕੇ ਉੱਥੇ ਗਿੱਪੀ ਗਰੇਵਾਲ ਦੇ ਘਰੇ ਗੋਲੀਆਂ ਮਾਰ ਦਿੰਦੇ ਆ, ਕਦੇ ਕੁਛ ਕਰ ਦਿੰਦੇ ਆ, ਇੱਕ ਮੁੱਦੇ ਹੈਗੇ ਆ, ਇਹ ਤਾਂ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ। ਲੋਕਾਂ ਨੂੰ ਮੁੱਦਿਆਂ ਤੋਂ ਧਿਆਨ ਭਟਕਾ ਕੇ ਲਿਜਾ ਕਿੱਥੇ ਦਿੱਤਾ? ਆਹ ਚੁਟਕਲਿਆਂ 'ਤੇ, ਕਹਾਣੀਆਂ 'ਤੇ, ਇੱਕ ਦੂਜੇ ਨਾਲ ਮਿਹਣੋ ਮਿਹਣੀ,